ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੇ ਮੇਰਾ ਯੂਟਿਊਬ ਚੈਨਲ ਦੇਖਿਆ ਗੁਰਵਿੰਦਰ ਸਿੰਘ ਤੋਰ। ਅੱਜ ਆਪਾਂ ਗੱਲ ਕਰ ਰਹੇ ਹਾਂ ਯੂਕਰੇਨ ਦੇ ਬਾਰੇ ਵਿੱਚ। ਕਾਫ਼ੀ ਜਿਹੜੇ ਲੋਕਾਂ ਦੀ ਇਨਕੁਆਇਰੀ ਸੀ ਯੂਕਰੇਨ, ਕਿਉਂਕਿ ਯੂਕਰੇਨ ਦੀ ਬਹੁਤ ਜ਼ਿਆਦਾ ਐਡ ਆ ਰਹੀ ਹੈ ਵੀ ਉਹ ਸ਼ੈਨਿੰਗਨ ਦਾ ਵੀ ਪਾਰਟ ਆ ਅਤੇ ਬੜਾ ਈਜ਼ੀ ਬਣ ਰਿਹਾ ਵਾ, ਬਹੁਤ ਘੱਟ ਪੈਸੇ 'ਚ ਬਣ ਰਿਹਾ। ਲੋਕ 1,90,000 ਰੁਪਏ ਤੋਂ ਸਟਾਰਟ ਹੋ ਗਏ, 6-6.5 ਲੱਖ ਰੁਪਏ ਤੱਕ ਲੈ ਰਹੇ ਨੇ। ਅਤੇ ਪਹਿਲਾਂ ਤੁਹਾਨੂੰ ਮੈਂ ਯੂਕਰੇਨ ਬਾਰੇ ਕੁਛ ਦੱਸਣਾ ਚਾਹੁੰਦਾ। ਯੂਕਰੇਨ ਯੂਰਪਨ ਜਿਹੜੀਆਂ ਕੰਟਰੀਜ਼ ਨੇ ਉਹਦੇ ਵਿੱਚ ਆਉਂਦਾ, ਲੇਕਿਨ ਸ਼ੈਨਿੰਗਨ ਦਾ ਪਾਰਟ ਨਹੀਂ। ਜਿਹੜੀਆਂ 28 ਕੰਟਰੀ ਸ਼ੈਨਿੰਗਨ ਦੇ ਵਿੱਚ ਆਉਂਦੀਆਂ ਨੇ, ਉਹਦੇ 'ਚ ਤਾਂ ਯੂਕਰੇਨ ਨਹੀਂ ਆਉਂਦਾ। ਲਾਈਫ ਸਟਾਈਲ ਉੱਥੋਂ ਦੇ ਜਿਹੜੇ ਰਹਿਣ ਵਾਲੇ ਲੋਕ ਨੇ ਥੋੜ੍ਹਾ ਜਿਹਾ ਰਸ਼ੀਆ ਨੂੰ ਟੱਚ ਕਰਦੇ ਆ, ਰਸ਼ੀਅਨ ਲੈਂਗੁਏਜ ਕਾਫ਼ੀ ਬੋਲੀ ਜਾਂਦੀ ਹੈ, ਇੰਗਲਿਸ਼ ਦੀ ਬਹੁਤ ਘੱਟ ਵਰਤੋਂ ਕੀਤੀ ਜਾਂਦੀ ਹੈ ਅਤੇ ਨਾ ਹੀ ਉਹ ਲੋਕ ਇੰਗਲਿਸ਼ ਬੋਲ ਕੇ ਰਾਜ਼ੀ ਨੇ। ਜਿਹੜੇ ਲੋਕ ਸਟੱਡੀ ਵਾਸਤੇ ਜਾਂਦੇ ਜ਼ਿਆਦਾਤਰ ਉੱਥੇ ਲੈਂਗੁਏਜ ਕੋਰਸ ਦੇ ਵਿੱਚ ਚਲੇ ਜਾਂਦੇ ਨੇ। ਜਾਣਾ ਈਜ਼ੀ ਆ, 20-20 ਸਾਲ ਦਾ ਗੈਪ ਅਕਸੈਪਟੇਬਲ ਆ, ਵੱਧਦਾ ਵੀ ਚੱਲ ਜਾਂਦਾ, ਕੋਈ ਇਸ਼ੂ ਨਹੀਂ, ਬਣਾ ਦਿੰਦੇ ਸਿਸਟਮ। ਲੇਕਿਨ ਜੇ ਤੁਸੀਂ ਕਹੋਗੇ ਉੱਥੇ ਜਾ ਕੇ ਅੱਗੇ ਮੂਵ ਕਰਨਾ ਜਾਂ ਕੁਛ, ਉਹ ਸੌਖਾ ਨਹੀਂ ਹੈਗਾ, ਕਾਫ਼ੀ ਔਖਾ ਵਾ। TRC ਮਿਲ ਜਾਂਦੀ ਆ, ਸਾਰਾ ਕੁਛ ਹੋ ਜਾਂਦਾ। ਜਿਹੜੀ ਮੇਰੀ ਐਡਵਾਈਸ ਆ, ਵਿੱਚ ਤੁਸੀਂ 20-25 ਹਜ਼ਾਰ ਰੁਪਇਆ 30 ਹਜ਼ਾਰ ਰੁਪਏ ਉੱਥੇ ਕਮਾਉਂਦੇ ਹੋ ਤਾਂ ਤੁਸੀਂ ਯੂਕਰੇਨ ਵਾਲੇ ਪਾਸੇ ਨਾ ਜਾਓ। ਨੋਟ ਅ ਵੈਰੀ ਰਿਚੈਸਟ ਕੰਟਰੀ, ਇੰਨੀ ਰਿਚ ਨਹੀਂ ਹੈਗੀ, ਨੋਰਮਲ ਕੰਟਰੀ ਆ। ਕ੍ਰਾਈਮ ਜਿਹੜਾ ਇਸ਼ੂ ਹੈਗਾ ਵਾ, ਖੇਤੀਬਾੜੀ ਬਹੁਤ ਆ। ਜੇ ਤੁਹਾਡੇ ਕੋਲ ਵਧੀਆ ਪੈਸੇ ਨੇ, ਤੁਸੀਂ ਬਸ ਇਕੱਲਾ ਇੰਡੀਆ ਹੀ ਛੱਡਣਾ ਚਾਹੁੰਦੇ ਹੋ, ਫਿਰ ਤੁਸੀਂ ਯੂਕਰੇਨ ਦੇ ਵਿੱਚ ਜਾ ਸਕਦੇ ਹੋ। ਖੇਤੀ ਕਰਨ ਵਾਸਤੇ ਵੀ ਛੇਤੀ PR ਹੋ ਜਾਂਦਾ ਉੱਥੇ, ਬੰਦਾ ਸਿਸਟਮ ਬਣ ਜਾਂਦਾ। ਕੋਈ ਜਿੱਥੇ ਪੈਸਾ ਲਾ ਕੇ ਕੰਮ ਹੁੰਦਾ ਹੋਵੇ ਉੱਥੇ ਪੱਕਾ ਹੋਣਾ ਕੋਈ ਬੜਾ ਔਖਾ ਨਹੀਂ ਹੁੰਦਾ, ਉੱਥੇ ਪੈਸਾ ਲਾ ਕੇ ਕੰਮ ਹੋ ਜਾਂਦਾ। ਜ਼ਮੀਨ ਲੈ ਕੇ ਖੇਤੀ ਕਰ ਸਕਦੇ, ਜ਼ਮੀਨ ਸਸਤੀ ਹੈ, ਜ਼ਮੀਨਾਂ ਵਧੀਆ ਨੇ। ਅਤੇ ਜੇ ਤੁਸੀਂ ਸਰਵਾਈਵ ਕਰਨ ਵਾਸਤੇ ਸੋਚਦੇ ਵੀ ਉੱਥੇ ਜਾਓ, ਉੱਥੇ ਸਪਾਊਸ ਨਹੀਂ ਲੱਗਦਾ ਨਾ, ਸਭ ਤੋਂ ਵੱਡਾ ਪੁਆਇੰਟ, ਸਪਾਊਸ ਬੱਚਿਆਂ ਦਾ ਵੀਜ਼ਾ ਨਹੀਂ ਲੱਗਦਾ, ਅਲੱਗ ਅਲੱਗ ਹੀ ਭਰਨਾ ਪੈਂਦਾ ਵਾ। ਇਸ ਕਰਕੇ ਬੀ ਕੇਅਰਫੁਲ, ਇੰਨੀ ਵਧੀਆ ਕੰਟਰੀ ਨਹੀਂ ਹੈਗੀ। ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਕਿਸੇ ਇੰਗਲਿਸ਼ ਕੰਟਰੀ ਵਿੱਚ ਮੂਵ ਕਰਨਾ ਨਹੀਂ ਬੈਸਟ ਆ, ਨਹੀਂ ਤਾਂ ਸ਼ੈਨਿੰਗਨ ਦੇ ਵਿੱਚ ਆਓ। ਥੋੜ੍ਹੀ ਜਿਹੀ ਬੈਂਕ ਸਟੇਟਮੈਂਟ ਵਧਾ ਕਰੋ, ਤੁਹਾਨੂੰ ਸ਼ੈਨਿੰਗਨ ਵੀਜ਼ਾ ਦੇ ਦੂਗਾ, ਕਿਉਂਕਿ ਹੁਣ ਸਾਰੀਆਂ ਕੰਟਰੀਆਂ ਦਾ ਲੱਕ ਟੁੱਟਿਆ ਹੋਇਆ ਵਾ ਅਤੇ ਉਹ ਟੂਰਿਸਟ ਦੇ ਉੱਤੇ ਡਿਪੈਂਡੈਂਟ ਨੇ। ਇਸ ਕਰਕੇ ਬੀਬੀਆਰ ਐਵੇਂ ਇਕੱਲੀ ਐਡ ਦੇ ਸਿਰ ਦੇ ਉੱਤੇ ਨਾ ਚੱਲੋ, ਕੋਈ ਬਹੁਤ ਵਧੀਆ ਕੰਟਰੀ ਨਹੀਂ ਹੈਗੀ, ਸਪਾਊਸ ਵੀਜ਼ਾ ਨਹੀਂ ਲੱਗਦਾ, ਇੰਗਲਿਸ਼ ਕੰਟਰੀ ਨਹੀਂ ਹੈਗੀ, ਰਸ਼ੀਅਨ ਬੋਲਦੇ ਨੇ, ਕ੍ਰਾਈਮ ਇਸ਼ੂ ਹੈਗਾ ਵਾ, ਖੇਤੀਬਾੜੀ ਦਾ ਹੀ ਕੰਮ ਆ, ਜ਼ਿਆਦਾਤਰ ਮੱਝਾਂ ਗਾਵਾਂ ਦਾ ਕੰਮ ਆ, ਸੂਰਾਂ ਦਾ ਕੰਮ ਆ, ਇੱਦਾਂ ਦਾ ਕੰਮ ਨਹੀਂ। ਅਤੇ ਜੇ ਤੁਹਾਨੂੰ ਉੱਧਰ ਹੀ ਲੈਂਗੁਏਜ ਆਉਂਦੀ ਆ ਫਿਰ ਤੁਸੀਂ ਜਾ ਸਕਦੇ, ਫਿਰ ਤਾਂ ਕਿਤੇ ਵੀ ਜਾਣਾ, ਜੇ ਉਸ ਜਗ੍ਹਾ ਦੀ ਲੈਂਗੁਏਜ ਆਉਂਦੀ ਹੋਵੇ ਤਾਂ ਬੈਸਟ ਆ। ਮੂਵ ਹੋਣਾ ਐਡਾ ਸੌਖਾ ਨਹੀਂ ਹੈਗਾ, ਉੱਥੋਂ ਦੂਜੇ ਪਾਸੇ ਐਂਟਰੀ, ਹਾਂ ਡੌਂਕੀ ਨਾਲ ਤਾਂ ਤੁਸੀਂ ਲਗਾ ਸਕਦੇ ਹੋ, ਡੌਂਕੀ ਦਾ ਕੋਈ ਇਸ਼ੂ ਨਹੀਂ ਹੈਗਾ। ਲੇਕਿਨ ਦੂਜੇ ਨੂੰ ਤਾਂ 1 ਨੰਬਰ ਦੇ ਵਿੱਚ ਜੇ ਤੁਸੀਂ ਕਹੋ ਵੀ ਤੁਸੀਂ ਮੂਵ ਕਰ ਜਾਓ ਛੇਤੀ, ਉਹ ਨਹੀਂ ਕਰ ਸਕਦੇ। ਸੋ ਟਰਾਈ ਕਰੋ ਵੀ ਤੁਸੀਂ ਜਿਹੜੀ ਯੂਕਰੇਨ ਆ ਉਹਨੂੰ ਇਗਨੋਰ ਕੀਤਾ ਜਾਵੇ। ਮੇਰੇ ਵੱਲੋਂ ਤਾਂ ਇਹ ਸਿਚੁਏਸ਼ਨ, ਖੇਤੀ ਦੇ ਵਿੱਚ ਬਹੁਤ ਵੱਡਾ ਦੇਸ਼ ਆ, ਕਾਫ਼ੀ ਪੁਆਇੰਟਾਂ ਦੇ ਉੱਤੇ ਨਾਮ ਆ ਉਹਦਾ, ਨੰਬਰਿੰਗ ਆਫ 1 to 10 ਦੇ ਵਿੱਚ। ਲੇਕਿਨ ਜੇ ਤੁਸੀਂ ਕੰਮ ਵਾਲੇ ਪਾਸੇ ਜਾਂਦੇ ਹੋ, ਪੈਸੇ ਕਮਾਉਣ ਵਾਲੇ ਪਾਸੇ ਜਾਂਦੇ ਹੋ, ਤਾਂ ਕਾਫ਼ੀ ਭੁੱਖਮਰੀ ਆ, ਗਰੀਬੀ ਆ, ਕਾਫ਼ੀ ਮਤਲਬ ਵਧੀਆ ਲੋਕ ਨਹੀਂ ਹੈਗੇ, ਸੋਹਣੇ ਸੁਰੱਖੇ ਦੇਖ ਕੇ ਆਪਾਂ ਰਹਿ ਨਹੀਂ ਸਕਦੇ। ਇਸ ਕਰਕੇ ਰਹਿਣਾ ਤਾਂ ਤੁਹਾਨੂੰ ਪੈਸਿਆਂ ਦੇ ਨਾਲ ਪੈਣਾ ਵਾ। ਸੋ ਮੇਰੀ ਸੁਜੈਸ਼ਨ ਇਹੀ ਹੈ ਵੀ ਯੂਕਰੇਨ ਨੂੰ ਇਗਨੋਰ ਕੀਤਾ ਜਾਵੇ। ਹਾਂ ਜੇ ਕੋਈ ਆਪਸ਼ਨ ਹੀ ਨਹੀਂ ਹੈਗੀ ਜਾਂ ਕੋਈ ਇੱਦਾਂ ਦੀ ਪ੍ਰੋਬਲਮ ਆ ਵੀ ਨਿਕਲਣਾ ਫਿਰ ਲੱਕ ਇਸ਼ੂ ਨਹੀਂ, ਸੋ ਪਲੀਜ਼ ਇਸ ਚੀਜ਼ ਨੂੰ ਇਗਨੋਰ ਕੀਤਾ ਜਾਵੇ। ਜਿੰਨੇ ਮੇਰੇ ਪੀ ਯੂਟਿਊਬ ਚੈਨਲ ਦੇਖ ਰਹੇ ਨੇ ਮੈਨੂੰ ਸਬਸਕ੍ਰਾਈਬ ਕਰਨ, ਬੈੱਲ ਆਈਕਨ ਲਗਾਉਣ, ਜੇ ਕੋਈ ਹੋਰ ਦੇਸ਼ ਦੀ ਇਨਕੁਆਇਰੀ ਹੈ ਮੈਨੂੰ ਪੁੱਛਣਾ ਤਾਂ ਮੈਂ ਤੁਹਾਨੂੰ ਦੱਸ ਦਿੰਦਾ। ਜੇ ਯੂਕਰੇਨ ਦੇ ਰਿਲੇਟਡ ਤੁਹਾਡੇ ਦਿਲ ਦੇ ਵਿੱਚ ਕੋਈ ਵੀ ਸਵਾਲ ਆ, ਜਾ ਚੁੱਕੇ ਹੋ, ਜਾਣਾ ਵਾ, ਜਾਂ ਉੱਥੇ ਜਾ ਕੇ ਜੇ ਹੁਣ ਫਸ ਹੀ ਗਏ ਹੋ ਤਾਂ ਕੀ ਕਰੀਏ, ਉਹ ਤੁਸੀਂ ਮੈਨੂੰ ਕਮੈਂਟ ਕਰ ਦਿਓ ਅਤੇ ਫਿਰ ਆਪਾਂ ਉਹਦੇ 'ਤੇ ਡਿਸਕਸ਼ਨ ਕਰ ਲਾਂਗੇ। ਸੋ ਬੈਸਟ ਆਫ ਲੱਕ ਤੁਹਾਡੇ ਫਿਊਚਰ ਵਾਸਤੇ, ਜਿਹੜੇ ਵੀ ਦੇਸ਼ 'ਚ ਜਾਣਾ ਪਹਿਲਾਂ ਉਹਦੇ ਬਾਰੇ ਸਟੱਡੀ ਕਰੋ, ਫਿਰ ਉਹਦੇ ਵਿੱਚ ਜਾਓ। ਸਤਿ ਸ਼੍ਰੀ ਅਕਾਲ।